ਅਸੀਂ ਬੁਲਾ ਕੇ ਕਿਹਾ ਸੀ, ਮੈਂ ਅਤੇ ਦਵਿੰਦਰ ਯਾਦਵ ਜੀ ਹੋਰਾਂ ਨੇ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਕਿ ਅਸੀਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਾਂਗੇ। ਢਾਦੀਆਂ ਸਾਹਿਬ ਨੂੰ ਆਪ ਹੀ ਕਿਹਾ ਸੀਗਾ ਤੁਹਾਨੂੰ ਟਿਕਟ ਦੇਣ ਦਾ, ਤੋ ਅਸੀਂ ਆਖਿਆ ਕਿ ਬੀਂਗ ਏ ਵੂਮੈਨ ਹੁਣ ਕਿਸੇ ਔਰਤ ਨੂੰ ਮੌਕਾ ਦਿੱਤਾ ਜਾਵੇ। ਕੱਲ੍ਹ ਕੇ ਪੀ ਸਾਹਿਬ ਨੂੰ ਰਲਾਇਆ, ਅਕਾਲੀ ਦਲ ਨੇ ਟਿਕਟ ਦਿੱਤੀ, ਪਰਸੋਂ ਰਿੰਕੂ ਆਏ ਆਮ ਆਦਮੀ ਪਾਰਟੀ 'ਚ ਆਏ ਇੱਕ ਸਾਲ ਪਹਿਲਾਂ, ਅਤੇ ਇੱਕ ਸਾਲ ਦੇ ਵਿੱਚ ਬੀਜੇਪੀ ਨੇ ਦਿੱਤੀ। ਚੱਬੇਵਾਲ ਸਾਹਿਬ 15 ਦਿਨਾਂ 'ਚ ਟਿਕਟ ਦਿੱਤੀ, ਪਾਰਟੀ 'ਚ ਆਏ ਨੂੰ ਯਾਮਨੀ ਨੂੰ 8 ਸਾਲ ਹੋ ਗਏ। ਆਦੀਆਂ ਸਾਹਿਬ ਅਤੇ ਯਾਮਨੀ ਦਾ ਕੋਈ ਮੁਕਾਬਲਾ ਨਹੀਂ। ਮੈਂ ਜਿੱਥੇ ਵੀ ਸਾਡੇ ਕੈਂਡੀਡੇਟ ਉਮੀਦਵਾਰ ਅਨਾਊਂਸ ਹੋ ਜਾਂਦੇ ਆ, ਉਸ ਤੋਂ ਬਾਅਦ ਫਿਰ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਦੇ ਨਾਲ ਅਸੀਂ ਜਾ ਕੇ ਵਾਰਤਾਲਾਪ ਕਰਦੇ ਹਾਂ, ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੁਣਾਵ ਲੜਨਾ ਹੈ ਉਹਦੇ ਬਾਰੇ ਅੱਜ ਸਾਡੇ ਵਰਿਸ਼ਠ ਲੀਡਰ ਕਾਂਗਰਸ ਪਾਰਟੀ ਦੇ ਆਦੀਆਂ ਸਾਹਿਬ ਦੇ ਘਰ ਫਿਰ ਸਾਰਿਆਂ ਨੇ ਅਸੀਂ ਲੋਕਾਂ ਨੇ ਬੈਠਕ ਕੀਤੀ। ਕੁਝ ਹੋਰ ਗੱਲਾਂ ਵੀ ਸਨ ਪਾਰਟੀ ਦੀਆਂ, ਉਹਨਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਔਰ ਕਿਸ ਪ੍ਰਕਾਰ ਯਾਮਨੀ ਜੀ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਮੈਦਾਨ 'ਚ ਉਤਾਰਨਾ ਉਹਦੇ 'ਤੇ ਚਰਚਾ ਰਹੀ। ਦੇਖੋ, ਕਿਸੇ ਦਾ ਕੱਲ੍ਹ ਦੀ ਸੀਟ ਅਨਾਊਂਸ ਹੋਈ ਹੈ, ਜ਼ਰੂਰੀ ਨਹੀਂ ਹੈ ਕਿ ਕੱਲ੍ਹ ਰਾਤ ਨੂੰ ਅਨਾਊਂਸ ਹੋਈ ਤਾਂ ਉਹ ਅਗਲੇ ਦਿਨ ਕੋਈ ਆਮਨੀ ਦੇ ਘਰੇ ਗਿਆ ਜਾਂ ਨਹੀਂ ਗਿਆ, ਇਹਦੇ ਨਾਲ ਨਾਰਾਜ਼ਗੀ ਜਾਂ ਬੇਨਾਰਾਜ਼ਗੀ ਦਾ ਨਹੀਂ ਪਤਾ ਲੱਗਦਾ। ਤੁਸੀਂ ਅੱਜ ਦੇਖੋ ਮੈਂ ਇੱਥੇ ਬੈਠਾਂ, ਅਸੀਂ ਪਹਿਲਾਂ ਆਦੀਆਂ ਸਾਹਿਬ ਨੂੰ ਟਿਕਟ ਵਾਸਤੇ ਜ਼ੋਰ ਪਾ ਰਹੇ ਸਾਂ, ਇਹਦੇ 'ਚ ਕੋਈ ਨਹੀਂ ਹੈ, ਕਿਉਂਕਿ ਆਦੀਆਂ ਸਾਹਿਬ ਦਾ ਜਿਸ ਪ੍ਰਕਾਰ ਦਾ ਜੀਵਨ ਰਿਹਾ, ਕਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਪਿੱਛੇ ਉਹਨਾਂ ਨੇ ਬਹੁਤ ਬਹੁਤ ਵੱਡੇ ਸੈਕਰੀਫਾਈਸ ਕੀਤੇ, ਲੜਾਈਆਂ ਲੜੀਆਂ। ਅਸੀਂ ਬੁਲਾ ਕੇ ਕਿਹਾ ਸੀ, ਮੈਂ ਅਤੇ ਦਵਿੰਦਰ ਯਾਦਵ ਜੀ ਹੋਰਾਂ ਨੇ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਕਿ ਅਸੀਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਾਂਗੇ। ਫਿਰ ਬਹੁਤ ਸਾਰੀਆਂ ਗੱਲਾਂ ਇਹ ਵੀ ਆਈਆਂ ਵੀ ਅਸੀਂ ਔਰਤਾਂ ਨੂੰ, ਸ਼੍ਰੀਮਤੀ ਸੋਨੀਆ ਗਾਂਧੀ ਨੇ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ 33% ਰੈਜ਼ਰਵੇਸ਼ਨ ਦੀ ਗੱਲ ਕੀਤੀ ਸੀ, ਸੋ ਬਹੁਤ ਸਾਰਿਆਂ ਨੇ ਉੱਥੇ ਇਹ ਚਰਚਾ ਹੋਈ ਕਿ ਅਸੀਂ ਕਿੰਨੀਆਂ ਅਸੀਂ ਲੇਡੀਜ਼ ਨੂੰ ਵੀ ਇਹਦੇ ਵਿੱਚ ਉਤਾਰ ਰਹੇ ਹਾਂ। ਪਹਿਲੀ ਪਾਰਟੀ ਹੈ ਜਿਹਨੇ 28% ਔਰਤਾਂ ਨੂੰ ਮਹੱਤਤਾ ਦਿੱਤੀ ਹੈ, ਬਾਕੀ ਲੋਕ ਕਹਿੰਦੇ ਹੀ ਹੈ ਕੇਵਲ। ਅੱਜ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ। ਅਸੀਂ ਸਾਡੀਆਂ ਸੀਟਾਂ ਜਿੰਨੀਆਂ ਅਨਾਊਂਸ ਹੋਈਆਂ ਉਹਦੇ ਵਿੱਚ 2 ਔਰਤਾਂ ਨੂੰ ਅਸੀਂ ਜਾਣੀ ਕਿ ਟਿਕਟਾਂ ਦਿੱਤੀਆਂ। 33% ਜਿਹੜਾ ਕੋਟਾ ਹੈ ਉਹਦੇ ਅਸੀਂ ਨੇੜੇ ਪਹੁੰਚਦੇ ਜਾ ਰਹੇ ਹਾਂ, ਕਹਿੰਦੇ ਨਹੀਂ, ਅਸੀਂ ਕਰਕੇ ਦਿਖਾਉਣੇ। ਸੋ ਇਸ ਕਰਕੇ ਅਸੀਂ ਫਿਰ ਆਦੀਆਂ ਸਾਹਿਬ ਨੂੰ ਆਪ ਹੀ ਕਿਹਾ ਸੀਗਾ ਤੁਹਾਨੂੰ ਟਿਕਟ ਦੇਣ ਦਾ, ਸੋ ਅਸੀਂ ਆਖਿਆ ਕਿ ਬੀਂਗ ਏ ਵੂਮੈਨ ਹੁਣ ਕਿਸੇ ਔਰਤ ਨੂੰ ਮੌਕਾ ਦਿੱਤਾ ਜਾਵੇ। ਸੋ ਇਸ ਕਰਕੇ ਯਾਮਨੀ ਜੀ ਨੂੰ ਅਸੀਂ ਅੱਜ ਇਹ ਮੌਕਾ ਦਿੱਤਾ। ਇਸ ਬਾਰੇ ਚਰਚਾ ਕਰਦੇ ਰਹਿੰਦੇ ਹੋ ਕਿ ਪਾਰਟੀਆਂ ਜਿਹੜੀਆਂ ਉਹ 'ਚ ਦਲ ਬੱਧੂ ਦਾ ਦੌਰ ਸ਼ੁਰੂ ਆ, ਜਿਹੜੇ ਅਦਰ ਪਾਰਟੀ ਤੋਂ ਆਉਂਦੇ ਆ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਆ, ਤਾਂ ਤੁਹਾਡੇ ਕੋਲ ਵੀ ਬੜੇ ਦਿੱਗੇ ਸੀਗੇ, ਯਾਮਨੀ ਕੁਮਾਰ ਵੀ ਆਮ ਆਦਮੀ ਪਾਰਟੀ ਤੋਂ ਆਏ ਸੀ, ਤੁਸੀਂ ਕੋਈ? ਸੋ ਯਾਰ ਜਿਹੜੀ ਨੋ ਅਸੀਂ ਉਸ ਨੀਤੀ ਦੀ ਨਹੀਂ ਕੀਤੀ। ਯਾਮਨੀ ਗੋਮਰ 2016 ਦੇ ਵਿੱਚ 2016 'ਚ ਪਾਰਟੀ ਜੁਆਇਨ ਕਰ ਗਈ ਸੀ, ਔਰ ਉਸ ਤੋਂ ਬਾਅਦ ਨਿਰੰਤਰ ਪਾਰਟੀ ਦੇ, ਠੀਕ ਹੈ ਭਾਵੇਂ ਆਪਦੇ ਬਹੁਤ ਸਾਰੀ ਐਕਟਿਵ ਨਹੀਂ ਹੋ ਸਕੇ, ਲੇਕਿਨ 2016 ਤੋਂ ਅੱਜ 2024 ਆ ਗਿਆ ਜਨਾਬ, 8 ਸਾਲ ਹੋ ਗਏ ਹੈ। ਤੁਸੀਂ ਨਹੀਂ ਇਹ ਗੱਲ ਕਹਿ ਸਕਦੇ ਕਿ ਅਸੀਂ ਦੂਸਰੀਆਂ ਪਾਰਟੀਆਂ, ਤੁਸੀਂ ਸਾਨੂੰ ਕਿਵੇਂ ਮਿਲਾਤਾ ਦੂਸਰੀਆਂ ਪਾਰਟੀਆਂ ਨਾਲ? ਉਹਨਾਂ ਨੇ ਕੱਲ੍ਹ ਕੇ ਪੀ ਸਾਹਿਬ ਨੂੰ ਰਲਾਇਆ, ਅਕਾਲੀ ਦਲ ਨੇ ਟਿਕਟ ਦਿੱਤੀ, ਪਰਸੋਂ ਰਿੰਕੂ ਆਏ ਆਮ ਆਦਮੀ ਪਾਰਟੀ 'ਚ ਆਏ ਇੱਕ ਸਾਲ ਪਹਿਲਾਂ, ਅਤੇ ਇੱਕ ਸਾਲ ਦੇ ਵਿੱਚ ਬੀਜੇਪੀ ਨੇ ਦਿੱਤੀ। ਚੱਬੇਵਾਲ ਸਾਹਿਬ
15 ਦਿਨਾਂ 'ਚ ਟਿਕਟ ਦਿੱਤੀ। ਸੋ ਆ ਸਾਡੀ ਪਾਰਟੀ ਦਾ ਇੱਦਾਂ ਨਹੀਂ ਹੈ, ਪਾਰਟੀ 'ਚ ਆਏ ਨੂੰ ਆਮਨੀ ਨੂੰ 8 ਸਾਲ ਹੋ ਗਏ ਜੇ ਨਹੀਂ ਹੋ ਸਕਦਾ। ਸੋ ਮੈਂ ਤੁਹਾਨੂੰ ਕੀ ਕਹਿ ਰਿਹਾ, ਜੇ ਸੁਣੋ ਸੁਣੋ ਸੁਣੋ, ਪਹਿਲੇ ਮੈਂ ਆਪਕਾ ਸਵਾਲ ਬਤਾ ਦਊਂ, ਉਨਕੇ ਸਵਾਲ ਆਦੀਆਂ ਸਾਹਿਬ ਤੇ ਯਾਮਨੀ ਜੀ ਦਾ, ਇਸ ਨਾਲ ਤੁਸੀਂ ਕੰਪੇਅਰ ਕਰੋਗੇ, ਆਦੀਆਂ ਸਾਹਿਬ ਦਾ ਬਹੁਤ ਵੱਡਾ ਪਾਰਟੀ ਦੇ ਵਿੱਚ ਕੱਦ ਹੈਗਾ, ਯਾਮਨੀ ਸਾਡੀ ਨਿਊ ਕਮਰ, ਅਸੀਂ ਆਮ ਲੜਕੀ ਹੈਗੀ ਹੈ ਜਿਹਨੂੰ ਅਸੀਂ ਇਹ ਚਾਹੁੰਦੇ ਹਾਂ ਲੋਕਾਂ 'ਚ ਸੰਦੇਸ਼ ਦੇਣਾ, ਜਿਸ ਪ੍ਰਕਾਰ ਦੀ ਅੱਜ ਦੀ ਰਾਜਨੀਤੀ ਹੈ, ਅੱਜ ਦੀ ਰਾਜਨੀਤੀ ਹੋ ਗਈ, ਇੱਧਰੋਂ ਬੰਦਾ ਗਿਆ, ਇੱਧਰ ਆ ਗਿਆ, ਇੱਧਰ ਹੋ ਗਿਆ, ਉਹ ਹੋ ਗਿਆ, ਚੰਗੇ ਲੋਕਾਂ ਨੂੰ ਰਾਜਨੀਤੀ 'ਚ ਲੈ ਕੇ ਆਉਣਾ ਚਾਹੁੰਦੇ ਹਾਂ। ਪੜ੍ਹੀ ਲਿਖੀ ਕੁੜੀ ਹੈ ਜਿਸਨੇ ਦਿੱਲੀ ਤੋਂ ਆਪਦੀ ਪੜ੍ਹਾਈ ਪੂਰੀ ਕੀਤੀ ਹੈ, ਔਰ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬੜੀ ਜ਼ਰੂਰਤ ਹੈ। ਲੇਕਿਨ ਤੁਸੀਂ ਆਦੀਆਂ ਸਾਹਿਬ ਅਤੇ ਯਾਮਨੀ ਜੀ ਦਾ ਮੁਕਾਬਲਾ ਕਰੋਗੇ ਤਾਂ ਆਦੀਆਂ ਸਾਹਿਬ ਅਤੇ ਯਾਮਨੀ ਦਾ ਕੋਈ ਮੁਕਾਬਲਾ ਨਹੀਂ। ਆਦੀਆਂ ਸਾਹਿਬ ਇਜ਼ ਬਹੁਤ ਸਾਡੇ ਵਰਿਸ਼ਠ ਲੀਡਰ ਹੈ, ਮੇਰੇ ਤੋਂ ਵੀ ਪਹਿਲਾਂ ਦਾ। ਉਹ ਤਾਂ ਅਮੇਠੀ ਰਾਏਬਰੇਲੀ ਜਦੋਂ ਬੱਸ 'ਤੇ ਨਹੀਂ ਜਾਇਆ ਜਾਂਦਾ ਸੀ, ਟਰੱਕਾਂ 'ਤੇ ਚੜ੍ਹ ਚੜ੍ਹ ਕੇ ਆਦੀਆਂ ਸਾਹਿਬ ਪਹੁੰਚਿਆ ਕਰਦੇ ਸੀ। ਹਾਉ ਕੈਨ ਯੂ ਕੰਪੇਅਰ ਆਦੀਆਂ ਸਾਹਿਬ ਵਿਦ ਯਾਮਨੀ ਜੀ? ਮੈਂ ਕਹਿ ਰਿਹਾ ਮੈਂ ਦਿੱਤਾ ਸੀਗਾ ਬਾਈ, ਹਰ ਸੁਣੋ, ਕਾਰਨ ਕੀ ਬਣਿਆ ਕਿ ਕਾਸਟ ਨੂੰ ਵੀ ਅਸੀਂ ਰਿਪ੍ਰੈਜੈਂਟੇਸ਼ਨ ਦੇਣੀ ਹੈ, ਵੂਮੈਨ ਨੂੰ ਵੀ ਅਸੀਂ ਰਿਪ੍ਰੈਜੈਂਟੇਸ਼ਨ ਦੇਣੀ ਹੈ, ਹਿੰਦੂ ਨੂੰ ਵੀ ਰਿਪ੍ਰੈਜੈਂਟੇਸ਼ਨ ਦੇਣੀ ਹੈ, OBC ਨੂੰ ਵੀ ਰਿਪ੍ਰੈਜੈਂਟੇਸ਼ਨ ਦੇਣੀ ਹੈ। ਇਹ ਕਾਸਟ ਕੰਬੀਨੇਸ਼ਨ ਵੂਮੈਨ ਜਿੱਥੇ ਫਿੱਟ ਹੁੰਦਾ ਹੈ ਉਹ ਦੇਣੀ ਹੈ। ਉਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਨਾਮ ਲਿਖ ਕੇ ਦਿਆ ਗਿਆ ਤੋ ਕਿਸੀ ਨੇ ਕਹਿ ਦਿਆ ਕਿ ਆਦੀਆਂ ਸਾਹਿਬ ਕੋ ਬਾਹਰ ਕਰ ਦਿਆ, ਨਹੀਂ। ਕਾਸਟ ਮਤਲਬ ਸਰ ਕੀ ਮਤਲਬ, ਬਾਲਮੀਕੀ ਸਮਝਾ ਰਹੇ ਹੋ? ਮੈਂ ਯਾਰ ਆਪ ਗਲਤ ਬਾਤ ਕਰ ਰਹੇ ਹੋ ਭਾਈ, ਨੋ ਨੋ, ਆਪ ਗਲਤ ਬਾਤ ਕਰ ਰਹੇ ਹੋ। ਮੈਨੇ ਆਪਕੋ ਕਿਆ ਕਹਾ? ਨਹੀਂ ਸੁਣੀਏ ਸੁਣੀਏ, ਮੈਨੇ ਆਪਕੋ ਕਿਆ ਕਹਾ? ਆਪਨੇ ਸੁਣਾ ਨਹੀਂ, ਮੈਨੇ ਕਿਆ ਕਹਾ? ਆਪਨੇ ਕਹਾ ਕਿ ਆਪ ਕਿਸ ਪ੍ਰਕਾਰ ਸੇ ਆਪ ਚੁਣਤੇ ਹੈ ਕਿ ਕੈਸੇ ਯਾਮਨੀ ਜੀ ਕੋ ਟਿਕਟ ਲਿਆ। ਮੈਨੇ ਕਹਾ ਇਸਮੇ ਕਾਸਟ ਨੋਟ, ਯਾਮਨੀ ਕੇ ਲੀਏ ਕਾਸਟ ਨਹੀਂ ਹੈ, ਕਾਸਟ ਸਾਰੀ ਟਿਕਟੋਂ ਕੀ ਬਾਤ ਕਰ ਰਹਾ ਹੂੰ, ਵੂਮੈਨ ਰਿਪ੍ਰੈਜੈਂਟੇਸ਼ਨ ਕਿ ਔਰਤੋਂ ਕੋ ਕਿਤਨੀ ਟਿਕਟੇ ਦੀ ਹੈ 13 ਮੇ ਸੇ, ਹਿੰਦੂ ਕੋ ਕਿਤਨੀ ਟਿਕਟੇ ਦੀ ਹੈ 13 ਮੇ ਸੇ, ਐਸੇ ਸਾਰੀ ਚੀਜ਼ੇ ਗਿਣ ਗਿਣਾ ਕਰ ਟਿਕਟੇ ਦੀ ਜਾਤੀ ਹੈ। ਯੇ ਵੂਮੈਨ ਕੇ ਕੋਟੇ ਮੇ ਕਿ ਵੂਮੈਨ ਕੋ ਸੀਟ ਦੇਣੀ ਚਾਹੀਏ, ਇਸ ਲਈ ਹਮਨੇ ਯਾਮਨੀ ਜੀ ਕੋ ਟਿਕਟ ਦਿਆ। ਸੰਤੋਸ਼ ਚੌਧਰੀ ਜੀ ਬਹੁਤ ਸਾਡੇ ਸਤਿਕਾਰਯੋਗ ਲੀਡਰ ਨੇ, ਬਿਲਕੁਲ ਡਿਜ਼ਰਵ ਕਰਦੇ ਨੇ, ਪਰ ਮੈਂ ਸਮਝਦਾ ਕਿ ਸੰਤੋਸ਼ ਚੌਧਰੀ ਜੀ ਨੂੰ ਕੇਂਦਰੀ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ, 4-4, 5-5, 6-6 ਵਾਰ ਪਾਰਟੀ ਨੇ ਟਿਕਟ ਦਿੱਤਾ। ਕਾਂਗਰਸ ਪਾਰਟੀ ਨੇ ਸੰਤੋਸ਼ ਚੌਧਰੀ ਜੀ ਨੂੰ ਕੋਈ ਕਭੀ ਨਹੀਂ ਛੱਡੀ। ਰਾਜਾ ਵੜਿੰਗ ਹੁਣ 3 ਵਾਰੀ MLA ਬਣਿਆ ਹੈ, ਕੱਲ੍ਹ ਨੂੰ ਮੈਂ ਵੱਡੀ ਉਮਰ 'ਚ ਜਾ ਕੇ ਕਹਾਂ ਕਿ ਹੁਣ ਹੋ ਸਕਦਾ ਟਿਕਟ ਨਾ ਮਿਲੇ, ਉਸ ਤੋਂ ਬਾਅਦ ਸਾਡਾ ਹੱਕ ਬਣਦਾ, ਸੰਤੋਸ਼ ਚੌਧਰੀ ਜੀ ਦਾ ਟਿਕਟ ਮੰਗਣਾ ਹੱਕ ਬਣਦਾ, ਸਾਡੇ ਬਹੁਤ ਸਤਿਕਾਰਯੋਗ ਲੀਡਰ ਨੇ। ਲੇਕਿਨ ਇਹਦਾ ਮਤਲਬ ਇਹ ਨਹੀਂ ਆ ਕਿ ਹਰ ਵਾਰੀ ਕਿਸੇ ਨੂੰ, ਅਗਰ ਨਵੇਂ ਨੂੰ ਵੀ ਮੌਕਾ ਦੇਵਾਂਗੇ, ਜੰਗਰ ਜਿਹੜਾ ਲੋਟ ਹੈ ਅਸੀਂ ਉਹਨਾਂ ਨੂੰ ਵੀ ਤਾਂ ਲੈ ਕੇ ਆਉਣਾ ਹੈ। ਉਹ ਚਿਹਰੇ ਮੋਹਰੇ ਲਿਆ ਰਹੇ ਹੈ ਜਿੱਥੇ ਕਿ ਕਾਂਗਰਸ ਦਾ ਕੈਂਡੀਡੇਟ ਤਕੜਾ ਹੈ, ਉੱਥੇ ਆਪ ਮਾੜਾ ਦੇ ਰਹੀ ਹੈ।
ਸੋ ਮੀਡੀਆ ਜਿਹੜਾ ਹੈ, ਜਿਹੜੇ ਵੀ ਆਮ ਤੌਰ 'ਤੇ ਆਪਣੇ ਮੀਡੀਆ ਦੇ ਸਾਥੀ ਆ, ਕਈ ਵਾਰੀ ਇਹੋ ਜਿਹੀਆਂ ਵਿਚਾਰਧਾਰਾ ਬਣਾਉਣ 'ਚ ਕੋਸ਼ਿਸ਼ ਕਰਦੇ ਹੈ। ਪਹਿਲੀ ਗੱਲ, ਪੂਰਾ ਪੰਜਾਬ ਜਾਣਦਾ ਕਿ ਅਗਰ ਸਮਝੌਤਾ ਹੁੰਦਾ, ਅਸੀਂ ਪੰਜਾਬ ਦੀ ਲੀਡਰਸ਼ਿਪ ਨੇ ਪਹਿਲਾਂ ਕਹਿਤਾ ਸੀ ਕਿ ਦੇਸ਼ 'ਚ ਬੇਸ਼ੱਕ ਜੋ ਮਰਜ਼ੀ ਕਰੋ, ਲੇਕਿਨ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ, ਅਗਰ ਕਿਸੇ ਪ੍ਰਕਾਰ ਦਾ ਇਸ ਤਰ੍ਹਾਂ ਦਾ ਸਮਝੌਤਾ ਹੋਵੇ, ਵੈਸੇ ਤਾਂ ਉਹ ਸਮਝੌਤੇ ਰਹਿੰਦੇ ਨਹੀਂ ਇਹੋ ਜਿਹੇ ਸਮਝੌਤੇ, ਫਿਰ ਸੁਖਪਾਲ ਖਹਿਰਾ ਸੰਗਰੂਰ ਤੋਂ ਨਹੀਂ ਲੜਨਾ ਸੀਗਾ। ਸੋ ਫੋਰ ਯੋਰ ਇਨਫੋਰਮੇਸ਼ਨ ਇਹ ਦੱਸ ਦਿਆਂ, ਪਲੀਜ਼ ਗਲਤ ਨਰੇਟਿਵ ਬਣਾਉਣ ਦੀ ਨਹੀਂ ਬਣਾਉਣਾ ਚਾਹੀਦਾ। ਜਿਹੜੀ ਗੱਲ ਨਹੀਂ ਹੈ ਉਹ ਨਹੀਂ ਹੈ, ਤੁਹਾਨੂੰ ਇਸ ਗੱਲ ਦਾ ਪਤਾ ਹੈ। ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਕੁਝ ਵੀ ਕਹਿ ਸਕਦੇ ਹੈ। ਨਰਿੰਦਰ ਮੋਦੀ ਜੀ ਨੇ ਇਹ ਵੀ ਕਹਿਤਾ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਸੀ, ਉਹ ਜਿਹੜੀਆਂ ਸਕੀਮਸ ਲੈ ਕੇ ਆਇਆ ਸੀ ਉਹ ਮੁਸਲਿਮ ਲੋਕਾਂ ਵਾਸਤੇ ਲੈ ਕੇ ਆਇਆ ਸੀ, ਵਿਸ਼ੇਸ਼ ਤੌਰ 'ਤੇ ਡਾਕਟਰ ਮਨਮੋਹਨ ਸਿੰਘ। ਇੱਕ ਮੈਡਮ ਪਲੀਜ਼ ਸਰ ਮੈਨੂੰ ਕੰਪਲੀਟ ਕਰਨ, ਕਿ ਉਹ ਉਹਨਾਂ ਵਾਸਤੇ ਲੈ ਕੇ ਆਏ ਸਨ। ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ, 2.5% ਆਬਾਦੀ ਸਾਡੇ ਸਿੱਖਾਂ ਦੀ, ਕਾਂਗਰਸ ਪਾਰਟੀ ਨੇ ਇੱਕ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਕਦੇ ਕੋਈ ਇਹ ਸੋਚ ਸਕਦਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਮਨਮੋਹਨ ਸਿੰਘ ਜੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਜਾਤੀ ਵਾਸਤੇ ਕੰਮ ਕਰ ਰਹੇ ਸਨ? ਨਹੀਂ, ਅੱਜ ਵੀ ਲੋਕ ਯਾਦ ਕਰਦੇ ਨੇ ਡਾਕਟਰ ਮਨਮੋਹਨ ਸਿੰਘ ਨੂੰ। ਜਿਸ ਪ੍ਰਕਾਰ ਮੋਦੀ ਜੀ ਦਾ ਕਹਿਣਾ, ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਦੇਸ਼ ਦੇ ਅੰਦਰ? ਬੇਰੋਜ਼ਗਾਰੀ ਦਾ ਮੁੱਦਾ ਹੈ। ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ? ਮਹਿੰਗਾਈ ਦਾ ਮੁੱਦਾ ਹੈ। ਅੱਜ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ? ਕਿਸਾਨੀ ਦਾ ਮੁੱਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ, ਨਰਿੰਦਰ ਮੋਦੀ ਜੀ ਅੱਜ ਬੁਖਲਾਟ 'ਚ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਲੇਕਿਨ ਉਹ ਕੁਝ ਵੀ ਬਿਆਨ ਦੇ ਦਿੰਦੇ ਨੇ। ਇੰਡੀਆ ਸ਼ਾਈਨਿੰਗ ਦੀ ਤਰ੍ਹਾਂ, ਜਿਸ ਤਰ੍ਹਾਂ ਵਾਜਪਾਈ ਜੀ ਦੀ ਸਰਕਾਰ 'ਚ ਇੰਡੀਆ ਸ਼ਾਈਨਿੰਗ ਦੀ ਗੱਲ ਕੀਤੀ ਜਾ ਰਹੀ ਸੀ, ਤੁਸੀਂ ਦੇਖੋਗੇ ਆਉਣ ਵਾਲੇ ਨਤੀਜੇ, ਪਿਛਲੇ 15 ਦਿਨਾਂ ਦਾ ਦੇਸ਼ ਦਾ ਰੁਝਾਨ ਬਿਲਕੁਲ ਮੁਕੰਮਲ ਤੌਰ 'ਤੇ ਬਦਲ ਗਿਆ ਹੈ। ਦੇਸ਼ ਦੇ ਲੋਕ ਇਹ ਚਾਹੁੰਦੇ ਨੇ, ਅਗਰ ਦੇਸ਼ ਬਚਾਉਣਾ, ਡੈਮੋਕ੍ਰੇਸੀ ਬਚਾਉਣੀ ਹੈ, ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ, ਤਾਂ ਨਰਿੰਦਰ ਮੋਦੀ ਜੀ ਨੂੰ ਕੁਰਸੀ ਤੋਂ ਉਤਾਰਨਾ ਪਏਗਾ। ਔਰ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਹੈ, ਆਮ ਆਦਮੀ ਪਾਰਟੀ ਵਿਕਲਪ ਨਹੀਂ ਹੈ, ਅਕਾਲੀ ਦਲ ਵਿਕਲਪ ਨਹੀਂ ਹੈ। ਇੱਕ ਵਿਅਕਤੀ ਅੱਜ ਜਿਹੜਾ ਹਿੱਕ ਡਾ ਕੇ ਨਰਿੰਦਰ ਮੋਦੀ ਦੇ ਸਾਹਮਣੇ ਖੜ੍ਹਾ ਹੈ, ਉਹ ਰਾਹੁਲ ਗਾਂਧੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ, ਹੁਸ਼ਿਆਰਪੁਰ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੋਈ ਵੀ ਪਾਰਟੀ ਚੰਗੀ ਲੱਗੇ ਉਹਨੂੰ ਵੋਟਾਂ ਪਾ ਦਿਓ, ਲੇਕਿਨ ਇਹ ਜਿਹੜੀ ਲੜਾਈ ਹੈ ਕਰੋ ਅਤੇ ਮਰੋ ਦੀ ਲੜਾਈ ਹੈ। ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਸਿੱਧਮ ਸਿੱਧਾ। ਜੇ 2-4 ਕਿਸੇ ਦੇ MP ਜਿੱਤ ਵੀ ਗਏ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਏਗਾ। ਸਭ ਤੋਂ ਵੱਡੀ ਓਪੋਜੀਸ਼ਨ ਪਾਰਟੀ ਦੇ ਰੂਪ ਦੇ ਵਿੱਚ ਅਗਰ ਵੱਡੀ ਪਾਰਟੀ ਦੇ, ਉਹ ਕਾਂਗਰਸ ਪਾਰਟੀ ਹੈ, ਅਤੇ ਕਾਂਗਰਸ ਪਾਰਟੀ ਹੀ ਅਸੀਂ ਜਿਹੜੀ ਸਰਕਾਰ ਬਣਾ ਸਕਦੀ ਹੈ। ਸੋ ਆਪਦਾ ਵੋਟ ਖਰਾਬ ਨਾ ਕਰਿਓ। 2027 'ਚ ਪੰਜਾਬ ਦੀ ਗੱਲ ਕਰਾਂਗੇ, ਇਹ ਦੇਸ਼ ਦੀ ਗੱਲ ਹੈ। ਇੱਕਾ ਦੁੱਕਾ MP ਉੱਥੇ ਭੇਜਿਆ ਰਹਾ ਕੋਈ ਫਾਇਦਾ ਨਹੀਂ ਹੋਏਗਾ। ਯਾਮਨੀ ਗੋਮਰ ਨੂੰ ਵੋਟਾਂ ਪਾ, ਯਾਮਨੀ ਗੋਮਰ ਕੇ ਟਿਕਟ ਮਿਲਨੇ ਕੇ ਬਾਅਦ ਸੰਤੋਸ਼ ਚੌਧਰੀ ਕਾ ਬਿਆਨ ਹੈ ਕਿ ਕਾਂਗਰਸ ਕੋ ਕਰਮਠ ਔਰ ਇਮਾਨਦਾਰ ਨੇਤਾਓਂ ਕੀ ਜ਼ਰੂਰਤ ਨਹੀਂ ਹੈ। ਆਪਕੇ ਕੀ ਕਹਿਣੇ ਹੈ? ਸੰਤੋਸ਼ ਚੌਧਰੀ ਜੀ ਹਮਾਰੇ ਆਦਰਨੀਯ ਲੀਡਰ ਹੈ, ਮੈਂ ਉਨਕੇ ਬਾਰੇ ਮੇਂ ਕੁਛ ਨਹੀਂ ਕਹਿਣਾ ਚਾਹਤਾ। ਕਈ ਵਾਰ ਵਿਅਕਤੀ ਗੁੱਸੇ ਮੇਂ ਕੁਛ ਕਹਿ ਜਾਤਾ ਹੈ, ਮੈਂ ਉਨਕਾ ਬਹੁਤ ਸਨਮਾਨ ਕਰਤਾ ਹੂੰ। ਅੱਛਾ, ਸਰ ਹੁਸ਼ਿਆਰਪੁਰ ਦੇ ਕਾਂਗਰਸ ਦਾ ਇੱਕ ਧੜਾ ਵਿਸ਼ਵਨਾਥ ਓਰੀ ਬਾਂਟੀ ਘੋੜੀਆਂ ਵਾਲਾ, ਉਹ ਧੜਾ ਮਜ਼ਬੂਤ ਸਟਰੋਂਗ ਧੜਾ ਹੈ ਹੁਸ਼ਿਆਰਪੁਰ ਦੇ ਵਿੱਚ ਮੰਨਿਆ ਜਾਂਦਾ, ਕਿਉਂਕਿ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ, ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦਾ ਕੋਈ ਮਾਈ ਬਾਪ ਨਹੀਂ ਹੈਗਾ ਜੀ, ਕੋਈ ਹਲਕਾ ਇੰਚਾਰਜ ਨਹੀਂ, ਕੋਈ ਓਪੋਜੀਸ਼ਨ ਦੀ ਇੱਥੇ ਭੂਮਿਕਾ ਨਹੀਂ ਨਿਭ ਰਹੀ, ਬਾਂਟੀ ਘੋੜੀਆਂ ਵਾਲਾ ਨੂੰ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਣੋ, ਅਸੀਂ ਯਾਰ ਇੱਥੇ, ਮੈਂ ਆਦੀਆਂ ਸਾਹਿਬ ਦੇ ਘਰੇ ਆਇਆ,
ਬੰਟੀ ਘੋੜੀਆਂ ਜੀ ਵਾਲੇ ਤਾਂ ਸਾਡੇ ਭਰਾ ਨੇ, ਚੰਗੇ ਵਿਅਕਤੀ ਨੇ। ਅਸੀਂ ਤਾਂ ਹਰ ਇੱਕ ਜਿਹੜਾ ਕਾਮਨ ਬੰਦਾ ਹੋਊਗਾ, ਛੋਟੇ ਤੋਂ ਛੋਟਾ ਹੋਊਗਾ, ਯਾਮਨੀ ਗੋਮਰ, ਰਾਜਾ ਵੜਿੰਗ ਅਤੇ ਕਾਂਗਰਸ ਦੇ ਸਾਰੇ ਲੀਡਰ, ਉਹਨਾਂ ਕੋਲ ਵੀ ਜਾ ਕੇ ਅਸੀਂ ਕਾਂਗਰਸ ਪਾਰਟੀ ਦੀ ਵੋਟ ਮੰਗਣੀ ਹੈ। ਤੁਸੀਂ ਬੰਟੀ ਜੀ ਦੀ ਗੱਲ ਨਾ ਕੇਵਲ ਕਰੋ, ਬੰਟੀ ਜੀ ਤਾਂ ਸਾਡੇ ਸਤਿਕਾਰਯੋਗ ਨੇ। ਅਸੀਂ ਨਹੀਂ ਨਹੀਂ ਨੋ ਨੋ ਸਰ, ਮੈਂ ਯਾਰ ਹੁਣ ਮੇਰੇ ਕਹਿਣ ਦਾ ਮਤਲਬ ਉਹ ਤਾਂ ਸਾਡੇ ਸਤਿਕਾਰਯੋਗ ਨੇ, ਯਾਮਨੀ ਜੀ ਵੀ ਉਹਨਾਂ ਕੋਲ ਜਾਣਗੇ, ਅਸੀਂ ਵੀ ਜਾਵਾਂਗੇ, ਪਰ ਅਸੀਂ ਵੀ ਜਾਵਾਂਗੇ, ਅਸੀਂ ਇੱਕ ਛੋਟੇ ਤੋਂ ਛੋਟੇ ਵਿਅਕਤੀ ਕੋਲ ਵੀ ਜਾਵਾਂਗੇ। ਅੱਜ ਇੰਟਰਨਲ ਮੀਟਿੰਗ ਸੀਗੀ, ਉਹ ਵੀ ਕਰਾਂ। ਸੁਣੋ ਜੀ, ਤੁਸੀਂ ਕਹਿੰਦੇ ਹੈਲਥ ਦਾ, ਅਸੀਂ ਆਪਦੇ ਮੈਨੀਫੈਸਟੋ ਹੱਥ ਬਦਲੇਗਾ ਹਾਲਾਤ, ਅਸੀਂ 25 ਲੱਖ ਰੁਪਏ ਦਾ ਅਸੀਂ ਇਹ ਕਿਹਾ ਕਿ ਅਸੀਂ ਹਰ ਵਿਅਕਤੀ ਦਾ ਇਲਾਜ ਮੁਫਤ ਕਰਾਵਾਂਗੇ 25 ਲੱਖ ਤੱਕ ਦਾ। ਨਾ ਕੇਵਲ ਕਿਹਾ, ਸਾਡੀਆਂ ਸਟੇਟਸ ਛੱਤੀਸਗੜ੍ਹ ਅਤੇ ਰਾਜਸਥਾਨ 'ਚ ਅਸੀਂ ਇਹ ਸਕੀਮ ਲੈ ਕੇ ਆਏ, ਹੈਲਥ ਦੀ ਲੈ ਕੇ ਆਏ। ਅੱਜ ਉਹ ਚੱਲ ਰਹੀ ਹੈ ਅਸ਼ੋਕ ਮਾਨਣੀ ਅਸ਼ੋਕ ਗਹਿਲੋਤ ਦੀ ਸਰਕਾਰ ਦੇ ਵਿੱਚ ਔਰ ਛੱਤੀਸਗੜ੍ਹ ਬਘੇਲ ਸਾਹਿਬ ਦੀ ਸਰਕਾਰ ਦੇ ਵਿੱਚ। ਕਿਸਾਨਾਂ ਦੇ ਮੁੱਦੇ ਵੀ, ਅਸੀਂ ਵਪਾਰੀਆਂ ਦੇ ਮੁੱਦੇ ਵੀ, ਉਹ ਸਾਰਿਆਂ 'ਤੇ ਜਿਹੜੀ ਹੈ ਗੌਰੇ ਨਜ਼ਰ। ਅਤੇ ਸਾਡਾ ਜੇ ਤੁਸੀਂ ਮੈਨੀਫੈਸਟੋ ਪੜ੍ਹੋਗੇ ਹੱਥ ਬਦਲੇਗਾ ਹਾਲਾਤ, ਉਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਅਸੀਂ ਵਪਾਰੀਆਂ ਦੇ ਮੁੱਦੇ 'ਤੇ ਅਤੇ ਹੈਲਥ ਦੇ ਮੁੱਦੇ 'ਤੇ ਅਤੇ ਐਜੂਕੇਸ਼ਨ 'ਤੇ ਕੀ ਲੋਕਾਂ ਨੇ ਵਾਅਦੇ ਕੀਤੇ। ਮੇਰਾ ਖਿਆਲ ਇਸ ਵਾਰੀ ਲੋਕਾਂ ਨੂੰ, ਜਿਹੜੇ ਲੋਕ ਇਸ ਤਰ੍ਹਾਂ ਰਾਤੋ ਰਾਤ ਦਲ ਬਦਲਦੇ ਹੈ, ਪਾਰਟੀਆਂ ਬਦਲਦੇ ਹੈ ਅਤੇ ਪਾਰਟੀਆਂ ਉਹਨਾਂ ਨੂੰ ਨੁਮਾਇੰਦਗੀ ਦਿੰਦੀਆਂ, ਮੈਨੂੰ ਲੱਗਦਾ ਕਿ ਬਹੁਤ ਵੱਡੀ ਰਿਜ਼ੈਂਟਮੈਂਟ ਹੋਣ ਵਾਲੀ ਹੈ। ਪੰਜਾਬ ਦੇ ਲੋਕਾਂ 'ਚ ਬਹੁਤ ਭਾਰੀ ਗੁੱਸਾ ਹੈ ਇਸ ਗੱਲ ਨੂੰ ਲੈ ਕੇ, ਔਰ ਤੁਸੀਂ ਦੇਖੋਗੇ ਹੁਸ਼ਿਆਰਪੁਰ ਦੇ ਨਤੀਜੇ ਵੀ ਇਸ ਬਿਹਾਫ 'ਤੇ ਆਉਣਗੇ ਕਿ ਪਾਰਟੀਆਂ ਦੇ ਚੰਗੇ ਚੰਗੇ ਲੋਕ, ਚਾਹੇ ਰਾਜਕੁਮਾਰ ਚੱਬੇਵਾਲ ਸੀ, ਚਾਹੇ ਕੋਈ ਹੋਰ ਵਿਅਕਤੀ, ਕਿਸ ਤੇਜ਼ੀ ਨਾਲ ਇਹਨਾਂ ਨੇ ਆਪਣਾ ਮਤਲਬ ਕਿ ਪਾਰਟੀਆਂ ਬਦਲੀਆਂ। ਸਾਰੀ ਉਮਰ ਇਹਨਾਂ ਪਾਰਟੀਆਂ 'ਚ ਰਹੇ ਔਰ ਇਹਨਾਂ ਨੇ ਧੋਖਾ ਕੀਤਾ ਪਾਰਟੀਆਂ ਨੂੰ। ਅੱਜ ਚੱਬੇਵਾਲ ਸਾਹਿਬ 3 ਵਾਰੀ ਅਸੀਂ ਜ਼ਮੀਨ ਤੋਂ ਉਠਾ ਕੇ MLA ਬਣਾਏ, ਫਿਰ ਉਹਨਾਂ ਨੂੰ MP ਦੀ ਚੁਣਾਵ ਦੀ ਟਿਕਟ ਦਿੱਤੀ, ਅਸੀਂ SC ਸੈੱਲ ਦੇ ਚੇਅਰਮੈਨ ਬਣਾਏ, ਡਿਪਟੀ ਲੀਡਰ ਬਣਾਏ। ਜਿਸ ਪ੍ਰਕਾਰ ਦਾ ਧੋਖਾ ਚੱਬੇਵਾਲ ਸਾਹਿਬ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਹੈ, ਯਾਮਨੀ ਗੋਮਰ ਜਿੱਤ ਕੇ ਇਸੇ ਚੱਬੇਵਾਲ ਸਾਹਿਬ ਨੂੰ ਅਸੀਂ ਵਿਧਾਨ ਸਭਾ 'ਚ ਮਿਲਾਂਗੇ ਦੁਬਾਰਾ, ਕਿ ਕਹਾਂਗੇ ਉਹਨਾਂ ਨੂੰ ਕਿ ਆਹ ਤੁਸੀਂ ਧੋਖਾ ਕਰਕੇ ਗਏ ਸੀ, ਤੁਹਾਨੂੰ ਸਭ ਸਿਖਾਉਣ ਦਾ ਕੰਮ ਹੁਸ਼ਿਆਰਪੁਰ ਦੇ ਲੋਕਾਂ ਨੇ। ਮੈਂ ਤੁਹਾਨੂੰ ਕੀ ਕਹਿ ਰਿਹਾ, ਇੰਡੀਆ ਬਲੌਕ ਬਣਿਆ। ਇੰਡੀਆ ਬਲੌਕ ਇਸ ਕਰਕੇ ਬਣਿਆ, ਸਾਰਿਆਂ ਦੇ ਆਪਣੇ ਆਪਣੇ ਮਤਭੇਦ ਨੇ। ਕੇਰਲਾ ਦੇ ਵਿੱਚ ਅਸੀਂ CPI CPM ਦਾ ਸਿੱਧਾ ਲੜਾਈ ਲੜਦੇ ਹਾਂ, ਉੱਥੇ ਅਸੀਂ ਆਪਣੇ ਸਾਹਮਣੇ ਲੜ ਰਹੇ ਹਾਂ। ਸਾਡੇ ਝੰਡੇ ਵੱਖਰੇ ਵੱਖਰੇ ਨੇ, ਸਾਡੇ ਰੰਗ ਵੱਖਰੇ ਵੱਖਰੇ ਨੇ, ਸਾਡੇ ਮੁੱਦੇ ਵੱਖਰੇ ਵੱਖਰੇ, ਪਰ ਇੱਕ ਗੱਲ 'ਤੇ ਇੰਡੀਆ ਬਲੌਕ ਲਾਈਕ ਮਾਈਂਡਡ ਜਿਹੜੇ ਲੋਕ ਸੀਗੇ, ਉਹਨਾਂ ਨੇ ਆਖਿਆ ਕਿ ਸਾਡੀ ਲੜਾਈ ਰਹੇਗੀ, ਜਾਰੀ ਰਹੇਗੀ, ਆਪਾਂ ਇਕੱਠੇ ਹੋ ਜਾਈਏ ਅਗਰ ਦੇਸ਼ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਬਚਾਉਣਾ। ਸੰਵਿਧਾਨ ਬਚਾਉਣ ਦੀ ਲੜਾਈ ਹੈ। ਅੱਜ ਤੁਹਾਨੂੰ ਪਤਾ ਕੀ ਹੋਇਆ, ਪਹਿਲੀ ਵਾਰ ਅੱਜ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸੂਰਤ ਦੇ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਆ। ਅੱਜ ਤੱਕ ਨਹੀਂ ਹੋਇਆ, ਮੈਂ 4 ਚੁਣਾਵ ਲੜੇ ਹੈ,
ਜਿਹੜਾ ਵੀ ਸਾਡਾ ਆਰ ਓ ਹੁੰਦਾ ਰਿਟਰਨਿੰਗ ਆਫਿਸਰ ਉਹ ਕੋਲੇ ਬਿਠਾ ਕੇ ਕਿਤੇ ਦਸਖਤ ਕਰਾਉਣੇ ਹੁਣ ਕਰਾ ਲੈਂਦੇ। ਅੱਜ ਤੱਕ ਨਹੀਂ ਇਹ ਹੋਇਆ, ਲੇਕਿਨ ਕਾਗਜ਼ ਹੀ ਉਡਾ ਦਿੱਤੇ ਗਏ ਜਿਹੜੇ ਲੋਕਾਂ ਨੇ ਹੋਰ ਭਰੇ ਸੀ। ਇਸ ਇੱਦਾਂ ਬਣਾ ਦਿੱਤਾ ਗਿਆ ਜਿਵੇਂ ਸਰਪੰਚੀ ਦੇ ਚੁਣਾਵ ਹੋ ਰਹੇ। ਜਿਸ ਪ੍ਰਕਾਰ ਦੇਸ਼ ਦੇ ਅੰਦਰ ਚੱਲ ਰਿਹਾ ED, CBI, ਇਨਕਮ ਟੈਕਸ, ਤੁਹਾਨੂੰ ਨਹੀਂ ਲੱਗਦਾ ਕਿ ਓਪੋਜੀਸ਼ਨ ਪਾਰਟੀ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਮਹੀਨਾ ਐਨ ਮੌਕੇ 'ਤੇ ਅਕਾਊਂਟ ਸੀਜ ਕਰ ਦੇਣਾ? ਤੁਹਾਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀਆਂ ਨੂੰ ਇੱਕ ਮਹੀਨਾ ਪਹਿਲਾਂ ਫੜ ਲੈਣਾ? ਮੈਂ ਕਿਸੇ ਇਨਕੁਆਇਰੀ ਦੀ ਉਲੰਘਣਾ ਨਹੀਂ ਕਰ ਰਿਹਾ, ਇਨਕੁਆਇਰੀ ਕਰੋ, ਲੇਕਿਨ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲਿਓ। ਤੁਸੀਂ ਕਿਸੇ ਨੂੰ ਚੁਣਾਵ ਲੜਨ ਵਾਸਤੇ ਖੜਾ ਹੀ ਨਹੀਂ ਹੋਣ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦਾ ਮਾਹੌਲ ਕਦੇ ਨਹੀਂ ਦੇਖਿਆ ਸੀ। ਔਰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਬਦਲ ਦੇਣਗੇ, ਜਿਵੇਂ ਚਾਈਨਾ ਦੇ ਵਿੱਚ, ਜਿਵੇਂ ਕੋਰੀਆ ਦੇ ਵਿੱਚ, ਜਿਵੇਂ ਰਸ਼ੀਆ ਦੇ ਵਿੱਚ। ਸ਼ਾਸਨਕਾਰ ਚੁਣਾਵ, ਉੱਥੇ ਚੁਣਾਵ ਹੁੰਦਾ ਨਹੀਂ, ਕੋਈ ਅੰਦੋਲਨਕਾਰੀ ਨਹੀਂ ਹੁੰਦਾ, ਹੋਣ ਨਹੀਂ ਦਿੰਦੇ। ਜਿਹੜਾ ਕੋਈ ਅੰਦੋਲਨ ਕਰ ਦਿੰਦਾ ਉਹਨੂੰ ਜੇਲ੍ਹ ਭੇਜ ਦਿੰਦੇ। ਇਸ ਤਰ੍ਹਾਂ ਦਾ ਮਾਹੌਲ ਹੁਣ ਦੇਸ਼ 'ਚ ਬਣਦਾ ਜਾ ਰਿਹਾ ਹੈ। ਲੀਡਰਾਂ ਨੂੰ, ਓਪੋਜੀਸ਼ਨ ਲੀਡਰਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ। ਅੰਦੋਲਨਕਾਰੀ ਅੱਜ ਬਾਰਡਰਾਂ 'ਤੇ ਬੈਠੇ, ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ। ਇਸ ਤੋਂ ਲੱਗ ਰਿਹਾ ਕਿ ਜਿਹੜਾ ਆਉਣ ਵਾਲਾ ਸਮਾਂ ਬੜਾ ਇਸ ਦੇਸ਼ ਦੇ ਲਈ ਖਤਰਨਾਕ ਹੈ। ਸ਼ਾਇਦ ਇਹ ਜਿਹੜਾ ਚੁਣਾਵ ਹੈ ਅਖੀਰਲਾ ਚੁਣਾਵ ਦੇਸ਼ ਵਿੱਚ ਹੋਏ। ਚਲੋ, ਥੈਂਕ ਯੂ ਸਰ, ਐਨੀਥਿੰਗ ਯੂ ਵਾਂਟ ਟੂ ਆਸਕ ਫਿਰ ਗੱਲ ਕਰਾਂਗੇ। ਤੁਸੀਂ ਇੰਟਰਵਿਊ ਮੈਂ ਸੁਣ ਲਿਆ ਹੋਗਾ, ਪਾਰਟੀ ਕਾ ਮੁਖੀਆ ਹੂੰ ਮੈਂ, ਆਜ ਮੈਂ ਪਾਰਟੀ ਕਾ ਮੁਖੀਆ ਹੂੰ, ਅਗਰ ਮੁਖੀਆ ਕੇ ਪਰਿਵਾਰ ਕੇ ਲੋਕ ਐਸੇ ਤੋ ਮੈਂ ਵੀ ਕਹੀਂ ਸੇ ਜੀਤ ਸਕਤਾ ਹੂੰ। ਬੀਂਗ ਏ ਪ੍ਰੈਜ਼ੀਡੈਂਟ ਆਫ ਦਾ ਪਾਰਟੀ, ਕੱਲ ਕੋ ਮੈਂ ਕਹੂੰਗਾ ਮੈਂ ਅੰਮ੍ਰਿਤਸਰ ਸੇ ਜੀਤ ਸਕਤਾ ਹੂੰ, ਮੈਂ ਇੱਕ ਮਿੰਟ ਮੈਂ ਲੁਧਿਆਣਾ ਸੇ ਜੀਤ ਸਕਤਾ ਹੂੰ, ਮੈਂ ਆਨੰਦਪੁਰ ਸਾਹਿਬ ਸੇ ਜੀਤ ਸਕਤਾ ਹੂੰ। ਮੇਰੇ ਕੋ ਲੱਗਤਾ ਹੈ ਪਾਰਟੀ ਨੇ ਮੇਰੇ ਕੋ ਜ਼ਿੰਮੇਦਾਰੀ ਦੀ ਹੈ, ਇਤਨੇ ਬੜੇ ਪਰਿਵਾਰ ਕੀ ਜ਼ਿੰਮੇਦਾਰੀ ਦੀ ਹੈ ਕਿ ਮੈਂ ਸਬਕੋ ਮਿਲ ਜੁਲ ਕੇ ਲੜਾਨੇ ਕਾ ਕਾਮ ਕਰੂੰ। ਆਜ ਯਹਾਂ ਪਰ ਆਇਆ ਹੂੰ, ਮੇਰੇ ਕੋ ਲੱਗਤਾ ਹੈ ਯੇ ਜ਼ਿਆਦਾ ਜ਼ਰੂਰੀ ਹੈ। ਮੈਂ ਹਰ ਸੀਟ ਪਰ ਜਾ ਕਰ ਪ੍ਰਚਾਰ ਕਰੇਂਗੇ ਔਰ ਦੂਸਰੀ ਸੀਟੇ ਹਮ ਜਿਤਾਨੇ ਕਾ ਕਾਮ ਕਰੇਂਗੇ, ਨਾ ਕਿ ਮੈਂ ਕੇਵਲ ਆਪਣੇ ਪਰਿਵਾਰ ਕੀ ਲੜਾਈ ਲੜੂੰ। ਇਹ ਮੇਰੇ ਸਿਧਾਂਤ ਥੇ, ਇਸ ਲਈ ਮੈਨੇ ਆਪਕੋ ਕਿਆ ਪਤਾ ਲੂਜ਼ ਕਰ ਲੂ, ਆਪਣੇ ਕੋਈ ਆਪਣੇ ਦੇਖਾ ਹੈ? ਨੋ, ਮੈਨੇ ਨਹੀਂ ਕਹਾ, ਆਪ ਕਹਿ ਰਹੇ ਹੋ ਕਿ ਲੂਜ਼ ਕਰ ਜਾਓਗੇ, ਇਹ ਤੋ ਆਪਕੇ ਵਿਚਾਰ ਹੈ। ਹੁਸ਼ਿਆਰਪੁਰ ਮੇਂ ਬੈਠਾ ਵਿਅਕਤੀ ਕਹਿ ਰਿਹਾ ਕਿ ਬਠਿੰਡਾ ਲੂਜ਼ ਕਰ ਜਾਏਂਗੇ, ਨਹੀਂ ਆਪਨੇ ਸੁਣਾ ਨਹੀਂ ਹੈ। ਮੈਂ ਕਹਿ ਰਹਾ ਹੂੰ ਬਠਿੰਡਾ ਕਾ ਰਹਿਣੇ ਵਾਲਾ ਹੂੰ, ਬਠਿੰਡਾ ਵੀ ਜੀਤੇਂਗੇ, ਹੁਸ਼ਿਆਰਪੁਰ ਵੀ ਜੀਤੇਂਗੇ, ਅੰਮ੍ਰਿਤਸਰ ਵੀ ਜੀਤੇਂਗੇ, ਜਲੰਧਰ ਵੀ ਜੀਤੇਂਗੇ। ਮੇਰੇ ਕਹਿਣੇ ਕਾ ਮਤਲਬ, ਸਬਸੇ ਬੜੀ ਪਾਰਟੀ ਕੇ ਰੂਪ ਮੇਂ ਹਮ ਉਭਰ ਕੇ। ਮੈਂ 13-0 ਤੋ ਨਹੀਂ ਕਹੂੰਗਾ, ਨਾ ਮੈਂ ਇਹ ਕਹੂੰਗਾ 25 ਸਾਲ ਰਾਜ ਕਰਤੇ। ਮੈਂ ਇਹ ਕਹੂੰਗਾ, ਕਿਉਂਕਿ ਸੱਚੀ ਬਾਤ ਕਰਨੀ ਚਾਹੀਏ, ਪੰਜਾਬ ਕੀ ਸਬਸੇ ਬੜੀ ਪਾਰਟੀ ਵੋਟੋ ਮੇਂ ਵੀ, ਵੋਟ ਪਰਸੈਂਟੇਜ ਮੇਂ ਵੀ, ਔਰ ਸੀਟ ਜੀਤਨੇ ਮੇਂ ਵੀ, ਹਮ ਕਿਤਨੀ ਜੀਤੇ ਹੈ। ਮੈਂ ਆਜ ਭਵਿਸ਼ਵਾਣੀ ਨਹੀਂ ਕਰ ਸਕਤਾ, ਅਗਲੇ 40 ਦਿਨ ਬਤਾਏਂਗੇ, ਲੇਕਿਨ ਸਬਸੇ ਬੜੀ ਪਾਰਟੀ ਚਾਰੋ ਪਾਰਟੀਓ ਮੇਂ ਸੇ ਇੱਕ ਹੀ ਪਾਰਟੀ ਹੋਗੀ, ਵੋ ਕਾਂਗਰਸ ਪਾਰਟੀ।